बटाला दे पाश इलाके बेड़िया मोहल्ले विच देरा चोरां ने धावा बोलदे हुए घर विच चोरी दी वारदात नूं अंजाम दित्ता है। घर दी मालक अनु दा कहना है कि देरा चोरां वल्लों उन्हां दे घर विच रखी 27,000 रुपए नकदी चांदी अते होर घर दे बर्तन लैके होए रफू चक्कर पुलिस ने रिपोर्ट कर दी गई है। मेरी माता ठीक नहीं सी, जिसका इलाज अमृतसर तो चल रहा सी, असी सारे हस्पताल गए हुए सी। सवेरे गवांडियां दा फोन आया कि थोड़े घर के बाहरले दरवाजे का ताला टुटिया होया है, जिस तो बाद असी अमृतसर तो वापस आके पुलिस ने शिकायत दर्ज करवा दी है। पुलिस का कहना है कि कोई जानकार है जिसने इस घटना अंजाम दिता है। लागे रेंदे गवांडियां ने दसिया कि ये सारे अमृतसर हस्पताल सन, सवेरे जब असी देखा तो बार वाला दरवाजा टुटिया होया सी, असी उसे समय घर वालों नूं फोन कर दिता कि थोड़े घर चोरी हो गई है, पर पुलिस प्रशासन का कोई भी ध्यान नहीं है। बटाला विखे हर रोज कोई ना कोई वारदात सामने आउंदी रहिंदी है। ਵੀ ਅਸੀਂ ਅੰਮ੍ਰਿਤਸਰ ਗਏ ਸੀ, ਮੰਮਾ ਐਮਰਜੈਂਸੀ ਬਿਮਾਰ ਹੋ ਗਏ ਸੀ ਅਤੇ ਸਾਨੂੰ ਜਾਣਾ ਪਿਆ। ਭਈਆ ਸਮਾਨ ਲੈ ਕੇ ਗਏ ਸੀ ਘਰੋਂ ਆ ਕੇ ਸਾਨੂੰ ਛੱਡ ਕੇ, ਅਤੇ ਮੈਂ ਤਾਂ ਹੋਸਪਿਟਲ ਹੀ ਸੀ ਇੱਥੇ ਸਿਵਲ 'ਚ, ਮੈਂ ਤਾਂ ਬਾਹਰੋਂ ਬਾਹਰ ਹੀ ਨਿਕਲ ਗਈ ਸੀ, ਅਤੇ ਹੁਣ ਵੀ ਮੰਮੀ ਹੋਸਪਿਟਲ ਐਡਮਿਟ ਹੈਗੇ ਆ ਗੁਰੂ ਨਾਨਕ 'ਤੇ। ਅਤੇ ਬਸ ਮੈਨੂੰ ਸਵੇਰੇ ਫੋਨ ਆਇਆ ਕਿ ਇਸ ਤਰ੍ਹਾਂ ਚੋਰੀ ਹੋ ਗਈ। ਭਈਆ 26,000-27,000 ਰੁਪਈਆ ਸੀ, ਬਾਕੀ ਥੋੜ੍ਹਾ ਚਾਂਦੀ ਦਾ ਸਮਾਨ ਸੀ, ਬਾਕੀ ਕਰੋਕਰੀ ਵਗੈਰਾ। ਹਾਂਜੀ ਪੁਲਿਸ ਆਈ ਸੀ, ਉਹ ਵੀ ਦੇਖ ਕੇ ਗਏ ਆ, ਉਹ ਕਹਿ ਰਹੇ ਕਿ ਕੋਈ ਭੇਤੀ ਹੀ ਹੈ ਜਿਹੜਾ, ਮਤਲਬ ਭੇਤੀ ਦਾ ਹੀ ਕੰਮ ਹੋ ਸਕਦਾ। ਇਹ ਵਾਰਦਾਤ ਭਾਜੀ ਇਹ ਹੈ, ਕੱਲ੍ਹ ਇਹ ਜਿਹੜੇ ਘਰ ਵਾਲੇ ਇਹਨਾਂ ਦੇ ਮਦਰ ਠੀਕ ਨਹੀਂ ਹੈਗੇ, ਇਹ ਗੁਰੂ ਨਾਨਕ ਹਸਪਤਾਲ ਦਾਖਲ ਕਰਾਏ ਦੇ ਨੇ, ਅਤੇ ਸਵੇਰ ਕੋਈ ਤੜਕੇ ਕਿ ਸਾਰ ਇਹਨਾਂ ਦੇ ਚੋਰੀ ਹੋ ਗਈ ਹੈ, ਅਤੇ ਸਾਹਮਣਾ ਘਰ ਹੈ ਸਾਡੇ ਚਾਚੇ ਹੋਣਾਂ ਦਾ, ਇਹਨਾਂ ਨੇ ਬੂਹਾ ਖੁੱਲ੍ਹਾ ਵੇਖਿਆ ਆਪਣਾ ਜਦੋਂ ਸ਼ਟਰ ਚੁੱਕਿਆ, ਅਤੇ ਇਹਨਾਂ ਨੇ ਸੋਚਿਆ ਵੀ ਉਹ ਘਰ ਆ ਗਏ ਨੇ, ਪਰ ਇਹਨਾਂ ਨੇ ਆਵਾਜ਼ਾਂ ਦਿੱਤੀਆਂ ਅਤੇ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਇਹਨਾਂ ਨੇ ਫਿਰ ਬੂਹਾ ਖੋਲ੍ਹ ਕੇ ਵੇਖਿਆ ਅਤੇ ਆਹ ਸਾਰਾ ਚੋਰੀ ਹੋਈ ਪਈ ਸੀ, ਅਤੇ ਆਪਾਂ ਇਹ ਕਹਿੰਦੇ ਹਾਂ ਵੀ ਪ੍ਰਸ਼ਾਸਨ ਬਿਲਕੁਲ ਨਾਕਾਮ ਹੈ ਇਸ ਕੰਮ 'ਚ। ਇਸ ਮੁਹੱਲੇ ਦੇ ਵਿੱਚ ਪਿਛਲੇ 2 ਮਹੀਨਿਆਂ 'ਚ 8 ਤੋਂ 10 ਚੋਰੀਆਂ ਹੋ ਚੁੱਕੀਆਂ, ਮੋਟਰਸਾਈਕਲ ਕੀ ਤਾਰਾਂ ਕੀ ਵੱਢ ਕੇ ਲੈ ਗਏ ਨੇ, ਪ੍ਰਸ਼ਾਸਨ ਸੁੱਤਾ ਪਿਆ ਵਾ ਕੋਈ ਪਤਾ ਨਹੀਂ। 5-7 ਮਹੀਨੇ ਪਹਿਲਾਂ ਇੱਥੇ ਇੱਕ ਲੇਡੀਜ਼ ਦਾ ਕਤਲ ਵੀ ਹੋ ਗਿਆ ਸਾਡੇ ਮੁਹੱਲੇ, ਅਤੇ ਕੋਈ ਪੁਲਿਸ ਦੀ ਕਾਰਵਾਈ ਨਹੀਂ ਹੈਗੀ। ਆਮ ਬੰਦੇ ਇੱਥੇ ਮੁੰਡੇ ਘੁੰਮਦੇ ਰਹਿੰਦੇ ਨੇ ਰਾਜ ਸੜਕਾਂ 'ਤੇ ਜਿਹੜੇ ਨਸ਼ੇੜੀ ਨੇ, ਆਪਾਂ ਤਾਂ ਚਾਹੁੰਦੇ ਵੀ ਪੁਲਿਸ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਇਹ ਜੀ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਲੈ ਕੇ ਆਪਣੇ ਆਏ ਆ, ਕੀ ਨਾਮ ਅਜੇ ਕੁਮਾਰ ਜੀ, ਕਿ ਉਹਨਾਂ ਦੇ ਘਰ ਚੋਰੀ ਹੋਈ ਹੈ, ਅਤੇ ਉਹ ਆਪਾਂ ਮੌਕਾ ਮਿਲਾਇਆ ਦੇਖਣ ਆਏ ਹਾਂ ਮੌਕੇ 'ਤੇ, ਅਤੇ ਚਲੋ ਦੇਖਿਆ ਸਾਰੇ ਪਾਸੇ, ਪਰ ਆਪਣੇ ਮੁਤਾਬਕ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਪਾਂ ਇਹਨੂੰ ਕਰਦੇ ਹਾਂ। ਵੈਸੇ ਤਾਂ ਮੇਰੀ ਹਦਾਇਤ ਹੈ ਕਿ CCTV ਕੈਮਰੇ ਸਾਰੇ ਜ਼ਰੂਰ ਕਿਹਾ ਗਿਆ ਵਾ ਗਲੀ ਦੇ ਵਿੱਚ ਲਗਾਉਣ ਲਈ, ਉਹ ਜ਼ਰੂਰ ਲਗਾਏ ਜਾਣ। ਅਤੇ ਇਹ ਵਾਲੇ ਕੇਸ ਤੋਂ ਥੋੜ੍ਹਾ ਜਿਹਾ ਮਤਲਬ ਕਿ ਸਾਡੇ ਮੁਤਾਬਕ ਸ਼ੱਕ ਪੈਂਦਾ ਕਿ ਕੋਈ ਭੇਤੀ ਬੰਦਾ ਵਾ, ਕੋਈ ਗੱਲ ਨਹੀਂ ਦੇਖ ਲੈਂਦੇ ਹਾਂ, ਲੱਭ ਲੈਂਦੇ ਹਾਂ ਛੇਤੀ, ਕਿਤੇ ਨਹੀਂ ਜਾਂਦਾ। ਓਕੇ।